ਅਸੀਂ ਸਾਡੀ ਪੰਜਾਬੀ ਇੰਡਸਟਰੀ ਵਿੱਚ ਬਹੁਤ ਸਾਰੇ ਸਿੰਗਰਸ ਨੂੰ ਦੇਖਿਆ ਹੈ ਜੋ ਸਿੰਗਿੰਗ ਕਰੀਅਰ ਤੋਂ ਸ਼ੁਰੂਆਤ ਕਰਕੇ ਬਾਅਦ ਵਿੱਚ ਐਕਟਿੰਗ ਕਰਨ ਲੱਗ ਜਾਂਦੇ ਨੇ ਤੇ ਇੱਕ ਬਾ ਕਮਾਲ ਐਕਟਰ ਬਣ ਜਾਂਦੇ ਨੇ। ਪਰ ਉੱਥੇ ਹੀ ਸਾਡੀ ਇੰਡਸਟਰੀ ਵਿੱਚ ਕਈ ਐਕਟਰਸ ਵੀ ਨੇ ਜਿਨ੍ਹਾਂ ਨੇ ਸ਼ੁਰੂਆਤ ਤਾਂ ਐਜ਼ ਐਨ ਐਕਟਰ ਕੀਤੀ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਸਿੰਗਿੰਗ ਵਿੱਚ ਵੀ ਹੱਥ ਅਜ਼ਮਾਇਆ ਤੇ ਸਿੰਗਿੰਗ ਵਿੱਚ ਵੀ ਉਹਨਾਂ ਨੇ ਕਈ ਰਿਕਾਰਡਸ ਤੋੜੇ ਤੇ ਸਾਰਿਆਂ ਦੇ ਦਿਲਾਂ ਨੂੰ ਖੁਸ਼ ਕੀਤਾ। ਜੀ ਹਾਂ, ਅੱਜ ਮੈਂ ਇੱਕ ਅਜਿਹੇ ਹੀ ਐਕਟਰ ਤੇ ਸਿੰਗਰ ਦੀ ਗੱਲ ਕਰਨ ਜਾ ਰਹੀ ਹਾਂ ਜਿਸ ਨੇ ਆਪਣੀ ਐਕਟਿੰਗ ਦੇ ਨਾਲ ਤੇ ਸਾਨੂੰ ਸਾਰਿਆਂ ਨੂੰ ਖੁਸ਼ ਕੀਤਾ ਹੀ ਪਰ ਇਸ ਦੇ ਨਾਲ ਨਾਲ ਸਾਨੂੰ ਆਪਣੀ ਸਿੰਗਿੰਗ ਦੇ ਨਾਲ ਵੀ ਬਹੁਤ ਖੁਸ਼ ਕਰ ਰਹੇ ਨੇ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਹਰੀਸ਼ ਵਰਮਾ ਦੀ। ਹਰੀਸ਼ ਵਰਮਾ ਨੇ ਆਪਣੇ ਰੋਲ ਟਿੰਕਾ ਦੇ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ ਕੀਤਾ ਸੀ ਮੂਵੀ ਯਾਰ ਅਨਮੁੱਲੇ ਦੇ ਵਿੱਚ। ਇਸ ਕਰੈਕਟਰ ਨੇ ਉਸ ਮੂਵੀ ਨੂੰ 4 ਚੰਦ ਲਗਾ ਦਿੱਤੇ ਸੀ ਤੇ ਅਸੀਂ ਸਾਰਿਆਂ ਨੇ ਉਹਨਾਂ ਦੀ ਐਕਟਿੰਗ ਨੂੰ ਇਸ ਮੂਵੀ ਵਿੱਚ ਖੂਬ ਇੰਜੋਏ ਕੀਤਾ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦੇ ਕਿ ਹਰੀਸ਼ ਵਰਮਾ ਲਗਾਤਾਰ ਸਾਨੂੰ ਆਪਣੀ ਐਕਟਿੰਗ ਅਤੇ ਸਿੰਗਿੰਗ ਦੋਨਾਂ ਨਾਲ ਹੀ ਖੁਸ਼ ਕਰ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਉਹ ਸਾਡੇ ਸਾਰਿਆਂ ਲਈ ਇੱਕ ਨਵਾਂ ਗਾਣਾ ਲੈ ਕੇ ਹਾਜ਼ਰ ਹੋ ਚੁੱਕੇ ਨੇ। ਜੀ ਹਾਂ, ਹਰੀਸ਼ ਵਰਮਾ ਦੇ ਆਉਣ ਵਾਲੇ ਇਸ ਗਾਣੇ ਦਾ ਟਾਈਟਲ ਹੈ ਸ਼ਰਮ। ਆਓ ਤੁਸੀਂ ਚੈੱਕ ਕਰੋ ਇਸ ਦੇ ਕਹਿਣ ਜਏ ਪੋਸਟਰ ਨੂੰ। ਗੱਭਰੂ ਐਪ ਕਰ ਲੋ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।